ਗੁਰੂ ਘਰ ਦੇ ਸਰੋਵਰ ਦੇ ਵਿੱਚੋਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਨੇ। ਇੱਕ ਦੀ ਉਮਰ 9 ਸਾਲ ਦੀ ਹੈ, ਦੂਜੇ ਦੀ 10 ਸਾਲ ਦੀ। ਇਹ ਘਰੋਂ ਮੇਲਾ ਦੇਖਣ ਦੇ ਲਈ ਨਿਕਲੇ ਸੀ, ਪਰ ਅਚਾਨਕ ਸਰੋਵਰ ਦੇ ਵਿੱਚ ਕਿਵੇਂ ਚਲੇ ਗਏ, ਇਹ ਜਾਂਚ ਦਾ ਵਿਸ਼ਾ ਹੈ। ਤਾਂ ਪਾਤਸ਼ਾਹੀ ਦਸਵੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਘਟਨਾ ਹੋਈ ਹੈ। ਗਿੱਦੜਵਾਹ ਦੇ ਵਿੱਚ ਇਹ ਗੁਰੂ ਘਰ ਮੌਜੂਦ ਹੈ, ਜਿੱਥੇ ਸਰੋਵਰ ਦੇ ਵਿੱਚ ਦੋ ਮਾਸੂਮ ਬੱਚੇ, ਜਿਨ੍ਹਾਂ ਦਾ ਨਾਮ ਖੁਸ਼ਪ੍ਰੀਤ ਅਤੇ ਸਾਹਿਲ ਹੈ, ਇਹਨਾਂ ਦੇ ਮ੍ਰਿਤਕ ਸਰੀਰ ਗੁਰੂ ਘਰ ਦੇ ਸਰੋਵਰ ਦੇ ਵਿੱਚ ਮਿਲੇ ਨੇ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਘਰੋਂ ਮੇਲਾ ਦੇਖਣ ਗਏ ਇਹ ਦੋ ਮਾਸੂਮ ਬੱਚੇ ਸਰੋਵਰ ਤੱਕ ਕਿਵੇਂ ਪਹੁੰਚ ਗਏ ਔਰ ਕਿਵੇਂ ਇਹਨਾਂ ਦੀ ਮੌਤ ਹੋਈ ਹੈ। ਤਾਂ ਦੋਵਾਂ ਦੀਆਂ ਲਾਸ਼ਾਂ ਨੂੰ ਸਰੋਵਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਗਿੱਦੜਵਾਹਾ ਦੇ ਵਿੱਚ ਇਹ ਗੁਰੂ ਘਰ ਮੌਜੂਦ ਹੈ, ਪਾਤਸ਼ਾਹੀ ਦਸਵੀਂ, ਜਿੱਥੇ ਇਹਨਾਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। 9 ਸਾਲ ਦਾ ਖੁਸ਼ਪ੍ਰੀਤ ਅਤੇ 10 ਸਾਲ ਦਾ ਸਾਹਿਲ, ਇਹਨਾਂ ਦੀ ਮੌਤ ਹੋਈ ਹੈ। ਗੁਰੂ ਘਰ ਦੇ ਸਰੋਵਰ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਰੋਂ ਇਹ ਦੋਵੇਂ ਬੱਚੇ ਮੇਲਾ ਦੇਖਣ ਦੇ ਲਈ ਗਏ ਸੀ, ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਮੌਜੂਦ ਸੀ, ਕਿਵੇਂ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਸਰੋਵਰ ਤੱਕ ਪਹੁੰਚੇ, ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਦੀ ਮੌਤ ਹੋਈ, ਤਾਂ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ, ਤਾਂ ਜੋ ਇਹਨਾਂ ਦੋ ਮਾਸੂਮ ਬੱਚਿਆਂ ਦੀ ਮੌਤ ਦਾ ਪਤਾ ਲੱਗ ਸਕੇ। ਤਾਂ ਗਿੱਦੜਵਾਹਾ ਦੇ ਵਿੱਚ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਾਤਸ਼ਾਹੀ ਦਸਵੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਸਰੋਵਰ ਦੇ ਵਿੱਚੋਂ ਪ੍ਰਾਪਤ ਹੋਈਆਂ ਨੇ, ਸਰੋਵਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਲਾਸ਼ਾਂ ਨੂੰ ਬਾਹਰ ਕੱਢ ਕੇ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਮੈਂ ਰਮੇਸ਼ ਕੁਮਾਰ, MC ਵਾਰਡ ਨੰਬਰ 12, ਗਿੱਦੜਵਾ। ਹਾਂਜੀ, ਕੀ ਗੱਲਬਾਤ ਹੋਈ ਹੈ ਤੁਹਾਡੇ ਮਹੱਲੇ ਦੇ ਵਿੱਚ? ਛੋਟੀ ਛੋਟੀ ਗੱਲਬਾਤ, ਕੱਲ੍ਹ ਬੱਚੇ ਖੇਡਣ ਗਏ ਆ ਜੀ, ਕਹਿੰਦੇ ਅਸੀਂ ਮੇਲਾ ਦੇਖ ਕੇ ਆਉਣਾ, ਅਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ, ਕਹਿੰਦੇ ਖੇਡ ਆਓ ਕੋਈ, ਅਤੇ ਰਾਤ ਨੂੰ 9-10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪੜਦੇ। ਘਰਦਿਆਂ ਨੇ ਬਹੁਤ ਭਾਲ ਕੀਤੀ, ਥਾਣੇ ਵੀ ਗਏ, ਸਾਰੇ ਪਾਸੇ ਭਾਲ ਕਰਕੇ ਆਏ ਹੈ, ਅਤੇ ਉਹਨਾਂ ਨੂੰ ਮਿਲਿਆ ਨਹੀਂ। ਉਹ ਰਾਤ 1 ਵਜੇ ਤੱਕ ਭਾਲ ਕਰੇ ਹੋਏ, ਅਤੇ ਕੰਪਲੇਂਟ ਕਰ ਦਿੱਤੀ ਸੀ? ਕੰਪਲੇਂਟ ਦਿੱਤੀ ਹੋਈ ਜੀ, ਪੁਲਿਸ ਨੂੰ, ਸੁਬਹਾ ਵੀ ਦੇ ਕੇ ਆਏ ਹਾਂ। ਅੱਛਾ, ਪੁਲਿਸ ਵੀ ਆ ਗਈ ਸੀ ਸੁਬਹਾ ਹੀ, ਅਤੇ ਉਹ ਜਿਹੜਾ ਸਵੇਰੇ ਨਾ ਇਹਨਾਂ ਕੋਲ ਕੋਈ ਫੋਨ ਆਇਆ, ਅਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨਾ ਦੋ ਬੱਚਿਆਂ ਦੀ ਡੈੱਡ ਬੋਡੀਆਂ ਆਪਣੇ ਗੁਰਦੁਆਰਾ ਸਾਹਿਬ 'ਚ ਤੈਰੀ ਜਾਂਦੀ ਹੈ, ਤਲਾਅ ਦੇ ਵਿੱਚ। ਅਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ, ਅਤੇ ਉਹੀ ਬੱਚੇ ਸੀ ਦੋਨੇ, ਇੱਕ 9 ਸਾਲ ਦਾ ਸੀ, ਇੱਕ 10 ਸਾਲ ਦਾ ਸੀ। ਗੱਲ ਕਰੀਏ ਕਿਹਦੇ ਬੱਚੇ ਸੀਗੇ? ਇਹ ਤਜਿੰਦਰ ਸਿੰਘ ਹੈ ਜੀ, ਦਿਹਾੜੀ ਮਜ਼ਦੂਰੀ ਕਰਦਾ, ਸਬਜ਼ੀ ਦੀ ਰੇਹੜੀ ਵਗੈਰਾ ਲਾਉਂਦਾ ਜੀ। ਹਾਂਜੀ। ਮ੍ਰਿਤਕ ਬੱਚੇ ਕਿਹੜੇ ਕਿਹੜੇ ਸੀਗੇ ਜੀ? ਮ੍ਰਿਤਕ ਬੱਚੇ ਦਾ ਇੱਕ ਤਾਂ ਨਾਮ ਤਾਂ ਮੋਨੂ ਹੈ ਜੀ, ਮਨੂ, ਇੱਕ ਦਾ ਨਾਮ ਸੀ ਸ਼ਾਇਦ ਜਸ਼ਨਪ੍ਰੀਤ। ਦੋਨੇ ਭਰਾ ਸੀ? ਦੋਨੇ ਸਗੇ ਭਰਾ ਜੀ, ਮੇਰੇ ਭਰਾ ਦੇ ਬੱਚੇ ਸੀ। ਤੁਹਾਡੇ ਭਰਾ ਦਾ ਕੀ ਨਾਮ ਹੈ? ਤੇਜਿੰਦਰ ਕੁਮਾਰ ਜੀ, ਚਿੰਦੀ। ਅੱਛਾ ਜੀ। ਅਤੇ ਸ਼ਾਮ ਨੂੰ ਖੇਡਦੇ ਖੇਡਦੇ ਬੱਚੇ ਬਸ ਮੁਹੱਲੇ 'ਚੋਂ ਗਾਇਬ ਹੋ ਗਏ। ਬਾਅਦ 'ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ, ਉਹਨਾਂ ਨੂੰ ਅਸੀਂ ਪੁੱਛਿਆ, ਕਹਿੰਦੇ ਪਾਰਕ 'ਚ ਬੈਠੇ ਹਾਂ। ਵੀ ਉੱਥੋਂ ਅਸੀਂ ਦੁਬਾਰਾ ਦੇਖਣ ਗਏ, ਪਾਰਕ 'ਚ ਤਾਂ ਕੁਛ ਇਹ ਨਹੀਂ ਸੀਗਾ, ਵੀ ਕਾਫੀ ਟਾਈਮ ਹੋ ਗਿਆ ਸੀ, 9-9:30 ਦਾ। ਉਸ ਤੋਂ ਬਾਅਦ ਅਸੀਂ ਆਸੇ ਪਾਸੇ ਵੀ ਦੇਖਿਆ, ਗੁਰਦੁਆਰੇ ਵਾਲੀ ਪਾਰਕ 'ਚ ਵੀ ਦੇਖਿਆ, ਉੱਥੇ ਵੀ ਕਿਤੇ ਸਾਨੂੰ ਮਿਲਿਆ। ਕਿੰਨੇ ਬੱਚੇ ਖੇਡਣ ਗਏ ਸੀ, ਕੀ ਕੀ ਨਾਮ ਸੀ ਬੱਚਿਆਂ ਦੇ? ਬੱਚੇ ਇੱਕ ਦਾ ਨਾਮ ਤਾਂ
ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ? ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ, ਇੱਕ ਸਾਹਿਲ। ਸਾਹਿਲ ਵੱਡਾ, ਮੰਨੂ ਛੋਟਾ। ਕਿੰਨੇ ਬੱਚੇ ਖੇਡਣ ਗਏ ਸੀ? ਬੱਚੇ, ਪੰਜ ਬੱਚੇ ਖੇਡਣ ਗਏ। ਫਿਰ ਪਤਾ ਕਿਵੇਂ ਲੱਗਿਆ? ਅਤੇ ਉਹ ਜੀ ਸੁਬਹਾ ਗੁਰਦੁਆਰੇ 'ਚ ਆਵਾਜ਼ ਦਵਾ ਦਈਏ, ਆਵਾਜ਼ ਦਵਾਉਂਦੇ ਦਵਾਉਂਦੇ ਮੇਰਾ ਧਿਆਨ ਕੁਦਰਤੀ ਸਰੋਵਰ ਵੱਲ ਨਹੀਂ ਪੈ ਗਿਆ। ਮੈਂ ਦੇਖ ਲਵਾਂ ਇੱਧਰ, ਕਦੇ ਇੱਥੇ ਨਾ ਕਦੇ ਬੈਠੇ ਹੋਣ ਲੁਕੇ। ਡਰਦਾ ਬੱਚਾ ਲੁੱਕ ਕੇ ਬਹਿ ਜਾਂਦਾ। ਮੈਨੂੰ ਸਾਹਮਣੇ ਚੱਪਲਾਂ ਦਿਸੀਆਂ, ਕੱਪੜੇ ਉਹਨੂੰ ਕੋਈ ਉੱਥੇ ਪਾਣੀ 'ਤੇ ਤੈਰਦਾ ਦਿਸਿਆ। ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਿਹਾ ਹੋ ਗਿਆ ਮੈਂ ਬੱਚਾ ਹੀ ਹੈ। ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ।